जान ले कहना है जो दिन आवे सो दिन जागी करना क्या मांगूं किस चीज ना रहा क्या मांगूं किस चीज़ का
चरण सेवक प्रोफेसर सरदारनी कवलजीत कौर जी सतगुरु जी महाराज संस्कार आए जिन्हें को आई आप जी ने बख्शिश की आप जी के हुक्मां नूं सिर मत्थे प्रवान करदिया होया माता कवलजीत कौर जी ने संसार तो कुछ दिन पहला परलोक गमन किया। उन्होंने आत्मिक शक्ति मुख रखदिया सेवक परिवार वालों ग्रह विखे रखे श्री आनंद पाठ साहब जी की समाप्ति करवाई। करो कृपा अपना लाई प्रवान बख्श के आजा हुई संगतों को निहाल करो अखर वादा काटा कुछ तो माफ करने सर्वाधे कार्य रास करने भले वाहेगुरु जी का खालसा वाहेगुरु जी की फतेह। एक चले हम देखे स्वामी पाए बनती आई रूप जो सो विंस करो आज के कार नानक हर गुण गाए शाड सगल जंजाल पूरे ते जानी वाहिगुरु जी का खालसा वाहिगुरु जी की फतेह। आप सारे बीबी कमलजीत कौर दी अंतम अरदास शामिल होए हां ते बिछड़ी नूं नूं अपने चरणा विच निवास बख्शो ते पिछो परिवार नूं अपने ਪਾਣੇ ਵਿੱਚ ਤਰਿਆਂ ਦਾ ਪਰ ਜੋ ਦਾ ਬਖਸ਼ੋ ਤੈਨੂੰ ਬੋਲੇ ਸੋਨਿਹਾਲ ਡਾਕਟਰ ਪਰਮਿੰਦਰ ਸਿੰਘ ਕਿੱਡੀ ਕੁ ਮਹਾਨ ਸ਼ਖਸੀਅਤ ਹਨ ਕਿਤਨੇ ਪੰਜਾਬੀ ਦੇ ਪ੍ਰੋਫੈਸਰ ਪੰਜਾਬ ਵਿੱਚ ਨਹੀਂ ਹਰਿਆਣੇ ਵਿੱਚ ਦਿੱਲੀ ਵਿੱਚ ਹਿਮਾਚਲ ਵਿੱਚ ਚੰਡੀਗੜ੍ਹ ਵਿੱਚ ਹਨ ਉਹ ਸਾਰੇ ਅਸਿੱਧੇ ਅਸਿੱਧੇ ਤੌਰ 'ਤੇ ਉਹਨਾਂ ਦੇ ਵਿਦਿਆਰਥੀ ਰਹੇ ਹਨ ਅਤੇ ਜਿਸ ਬੀਬੀ ਅਬੀ ਕਮਲਜੀਤ ਕੌਰ ਨੇ 24 ਘੰਟੇ ਜਿਸ ਉਸ ਸ਼ਖਸੀਅਤ ਨਾਲ ਗੁਜ਼ਾਰੇ ਹੋਣ ਉਸ ਦੀ ਸੰਗਤ ਕੀਤੀ ਹੋਵੇ ਉਸ ਦਾ ਸਧਾਰਨ ਰੂਪ ਵਿੱਚ ਵੱਡਾ ਹੋ ਜਾਣਾ ਬੜਾ ਜ਼ਰੂਰੀ ਹੈ। ਪ੍ਰੋਫੈਸਰ ਮੋਹਨ ਸਿੰਘ ਮਾਂ 'ਤੇ ਲਿਖਦਿਆਂ ਲਿਖਣਾ ਕਰਦੇ ਆ ਕਿ ਮਾਂ ਜਿਹਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ। ਅਗਲੀਆਂ ਨੇ ਨਾ ਕੈਸੀਆ ਕਮਾਲ ਲਿਖਦਾ ਹੈ ਕਿ ਇਸ ਦੁਨੀਆ ਦੇ ਬੂਟੇ ਸਾਰੇ ਜੜ ਟੁੱਟਿਆਂ ਸੁੱਕ ਜਾਂਦੇ ਪਰ ਮਾਤਾ ਦਾ ਬੂਟਾ ਐਸਾ ਫਲ ਟੁੱਟਿਆਂ ਸੁੱਕ ਜਾਵੇ। ਗੁਰੂ ਪਿਆਰੇ ਉਹ ਕਿਤੇ ਬਾਂਹ ਦੇ ਬੈਠਿਆਂ ਬੱਚੇ ਨੂੰ ਕੁਝ ਹੋ ਜਾਏ ਮਾਂ ਕਦੇ ਗਰਮੀ ਸਰਦੀ ਹਨੇਰੀ ਬਰਸਾਤ ਤੂਫਾਨ ਝੱਖੜ ਅੱਧੀ ਰਾਤ ਦੀ ਪਰਵਾਹ ਨਹੀਂ ਕਰਦੀ। ਜਿਵੇਂ ਮੇਰੇ ਬਜ਼ੁਰਗ ਕਹਿ ਰਹੇ ਸੀ ਇਹ ਤਾਂ ਸੁਭਾਵਿਕ ਆ ਕਿ ਜਿਨ੍ਹਾਂ ਦੇ ਮਾਂ ਬਾਪ ਐਡੇ ਲਾਇਕ ਹੋਣ ਉਹਨਾਂ ਦੇ ਬੱਚੇ ਤਾਂ ਲਾਇਕ ਹੋਣਾ ਹੀ ਹੋਣ ਅਤੇ ਇਹਨਾਂ ਨੇ ਤਾਂ ਜਿਵੇਂ ਕਿਹਾ ਵੀ ਹਜ਼ਾਰਾਂ ਕਿੰਨੇ ਇਹਨਾਂ ਤੋਂ ਸਿੱਖ ਕੇ ਇਹਨਾਂ ਦੇ ਆਸ਼ੀਰਵਾਦ ਨਾਲ ਕਿੱਡੇ ਕਿੱਡੇ ਮੁਕਾਮਾਂ 'ਤੇ ਅੱਜ ਲੁਧਿਆਣੇ ਦੇ ਵਿੱਚ ਪੰਜਾਬ 'ਚ ਲੋਕ ਪਹੁੰਚੇ ਨੇ। Thank you.
जो
ਲਗ ਤੇਰੇ ਦੀਵੇ ਮੁਖ ਮਾਤੀ ਜਬ ਲਗ ਤੇਰੇ ਦੀਵੇ ਮੁਖ ਮਾਤੀ ਤਬ ਸੂਝੇ ਸਭ ਕੋਈ ਕਬੀਰ ਸੁਣੋ ਰੇ ਸੰਤੋ
इस बंदे से जुलम होते हैं, जब नहीं हटे thank you.
जागले हो, जागले
ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਗ ਦੀਦਾਰ ਦਾ ਧਿਆਨ ਕਰਕੇ ਬਲਾ ਜੀ ਬੱਚਾ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਗਾਲੀਆਂ ਮੁੱਕਦਿਆਂ ਰੱਖੀਆਂ ਜੰਮੀਆਂ ਪੱਕੀਆਂ ਜਿਹਨਾਂ ਨਾਮ ਜਪਿਆ ਮੰਜ ਛਕਿਆ ਦੇਹ ਚਲਾਈ ਚਰਕਣੀਆਂ ਤੇ ਚਰਿਆਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦਿਸਾ ਸਵਾਸਾਂ ਨਾਲ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਲਾ ਜੀ ਪੰਜਾਂ ਤਨਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬਲਾ ਜੀ ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਾ ਜਾ ਖਾਲਸਾ ਪ੍ਰਸਾਦਾਨ ਦਾਨ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੰਕੀਆਂ ਝੰਡੇ ਮੁੰਡੇ ਜਦੋ ਜੁਦਿਆ ਕਲ ਧਰਮ ਕਾ ਜੈਕਾਰ ਬਲਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਕੁਲੇ ਦਰਸ਼ਨ ਦੀਦਾਰ ਤੇ ਸੇਵਾ ਸਵਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੇ ਔਟ ਨਿਆਸਰਿਆਂ ਦੇ ਆਸਰੇ ਚਬਰੀ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਚ ਅਰਦਾਸ ਬੇਨਤੀ ਆਪ ਜੀ ਦਾ ਪ੍ਰਵਾਨ ਜੇ ਹਾਂ ਚਿਰੇ ਲਿਖਿਆ ਤੇ ਆ ਹੁਕਮ ਤਮਾਹੇ ਘੱਲੇ ਆ ਮੈਂ ਨਾਨਕਾ ਸਦੇ ਉੱਠੀ ਜਾਏ ਦੇ ਵਾਹਵਾ ਅਨੁਸਾਰ ਆਪ ਜੀ ਦਰ ਘਰ ਦੇ ਚਰਨ ਸੇਵਕ ਪ੍ਰੋਫੈਸਰ ਸਰਦਾਰਨੀ ਕਵਲਜੀਤ ਕੌਰ ਜੀ ਸਤਿਗੁਰੂ ਜੀ ਮਹਾਰਾਜ ਸੰਸਾਰ ਦੇ ਵਿੱਚ ਆਏ ਜਿੰਨੀ ਕੁ ਆਈ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਮਾਤਾ ਕਵਲਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ ਉਹਨਾਂ ਦੇ ਆਤਮਿਕ ਸ਼ਕਤੀ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਕਰਵਾਈ ਉਪਰੰਤ ਆਪ ਜੀ ਦੀ ਪਾਤ ਪਵਿੱਤਰ ਹਜ਼ੂਰੀ ਦੇ ਅੰਦਰ ਦੀਵਾਨ ਸਜੇ ਸਦੇ ਦੀਵਾਨਾਂ ਦੇ ਅੰਦਰ ਗੁਰਬਾਣੀ ਦਾ ਸ਼ਬਦ ਕੀਰਤਨ ਅਨੰਦ ਸਾਹਿਬ ਦੇ ਛੇ ਪੌੜੀਆਂ ਦੇ ਗਾਇਨ ਹੋਏ ਬਾਣੀ ਪੜ੍ਹਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਕੁਲਾਚਕਾਂ ਦੀ ਖਿਮਾ ਕਰੋ ਅਗਤ ਸ਼ੁੱਧ ਬਾਣੀ ਪੜ੍ਹਦੀ ਸਮਰੱਥਾ ਬਖਸ਼ਿਸ਼ ਕਰਨੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਰੇਕੇ ਲਾਉਣੇ ਤਿਲ ਪੁਲ ਤੇ ਤਾਵਾਂ ਦਰ ਤੇ ਪ੍ਰਵਾਨ ਕਰਨੀਆਂ ਬੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਵਸਾਉਣਾ ਸੇਵਕ ਪਰਿਵਾਰ ਅਤੇ ਆਈਆਂ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਵਿਛੜੀ ਆਤਮਾ ਮਾਤਾ ਕਵਲਜੀਤ ਕੌਰ ਜੀ ਦੇ ਨਵੇਂ ਤੋਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਹਿ ਕਬੀਰ ਸੁਣੋ ਰੇ ਸੰਤੋ ਖੇਤੇ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵ ਜਗ ਤੇਰਾ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਚੈ ਪਰਿਓ ਰਾਖ ਲੈ ਹੋਏ ਬਾਰੀ ਰੱਖ ਲੈਣਾ ਗੁਰੂ ਗਰੀਬ ਨਵਾਜੋ ਸਿਖੜੀ ਆਤਮਾ ਮਾਤਾ ਕਵਲਜੀਤ ਕੌਰ ਜੀ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਤਮਾ ਨੂੰ ਸ਼ਾਂਤੀ ਬਖਸ਼ਣੀ ਆਉਣ ਜਾਣ ਦੇ ਗੇਟ ਤੋਂ ਬਚਾਉਣਾ ਸਤਿਗੁਰੂ ਜੀ ਮਹਾਰਾਜ ਵਿੱਚ ਸੇਵਕ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਦੇ ਸੀਸ ਤੇ ਮੇਲ ਮਰਿਆਦ ਰੱਖਣਾ ਨਿਰਗੁਣ ਮੁਕਤ ਅਜ਼ਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸਤਿਗੁਰੂ ਜੀ ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਦੇ ਸੀਸ ਤੇ ਮਿਹਰ ਮਰਿਆਦ ਰੱਖਣਾ ਦੁੱਖਾਂ ਦਲਿਦਰਾਂ ਪਾਪਾਂ ਕਲੇਸ਼ਾਂ ਦਾ ਨਾਸ਼ ਕਰਨਾ ਆਪਣੇ ਭਜਨ ਦਾ ਪ੍ਰਕਾਸ਼ ਕਰਨਾ ਸੁਖ ਸ਼ਾਂਤੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਆਪਣੀ ਨਾਮ ਰਾਣੀ ਸੇਵਾ ਦੀ ਸਿਮਰਤ ਦੇ ਨਾਲ ਜੁੜੀ ਰੱਖਣਾ ਸੇਵਕ ਪਰਿਵਾਰ ਵਾਲਾ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਆਪ ਜ਼ਿੰਦਗੀ ਦਾਰ ਕੀਤੇ ਲੋਕ ਪ੍ਰਲੋਕ ਵਿੱਚ ਪੜ੍ਹਦੇ ਕਦਰੇ ਕੀਤੀ ਸਾਰੀ ਸੇਵਾ ਸਫਲੀ ਤੇ ਸਕਾਰਤੀ ਕਰਨੀ ਆਪ ਜੀ ਦੀ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਹ ਕਰ ਜਿਹੜਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਵਾਗਤੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ
ਪਰਮ ਕਿਰਪਾ ਆਪਣਾ ਇਲਾਹੀ ਪ੍ਰਵਾਨ ਬਖਸ਼ ਕੇ ਆਜਾ ਹੋਈਆਂ ਸੰਗਤਾਂ ਨੂੰ ਨਿਹਾਲ ਕਰੋ। ਅਖਰ ਵਾਧਾ ਕਾਟਾ ਪੁੱਜਤ ਮਾਫ ਕਰਨੇ ਸਮਾਧੇ ਕਾਰ ਦਰਾਸ ਕਰਨੇ ਸੇ ਪਿਆਰੇ ਮੇਰੇ ਦਿਨਾਂ ਮਿਲਿਆ ਤਰ ਨਾਮ ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੌਰਾ ਪਿਆ ਭਈ ਅਕਾਲ ਕੀ ਸਤਿ ਸ੍ਰੀ ਅਕਾਲ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਆ ਜਾ ਪ੍ਰਭ ਕਾ ਮਿਲ ਬਚਾ ਰਾਜ ਕਰੇਗਾ ਖਾਲਸਾ ਸਭ ਮਿਲਾਂਗੇ ਹਵਾਲ ਹੋਏ ਸਭ ਮਿਲਾਂਗੇ ਬੋਲੇ ਸਾਨ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਚਲੇ ਹਮ ਵੇਖੇ ਸਵਾਮੀ ਭਾਏ ਬਲੰਤੀ ਆਈ ਰੂਪ ਜੋ ਸੋ ਵਿਨਸ ਕਰੋ ਆਜ ਕੇ ਕਾਲ ਨਾਨਕ ਹਰਿ ਗੁਣ ਗਾਏ ਛਾੜ ਸਗਲ ਜੰਜਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੋ ਪਰਿਵਾਰ ਨੂੰ ਆਪਣੇ ਭਾਣੇ ਵਿੱਚ ਰਹਿਣ ਦਾ ਬਲ ਤੇ ਉਦਾਰ ਬਖਸ਼ੋ। ਸੋ ਗੁਰੂ ਘਰ ਦੀ ਮਰਿਆਦਾ ਹੈ ਉਹਨਾਂ ਦੇ ਬੇਟੇ ਬਲਤੇਜ ਵੀਰ ਸਿੰਘ ਜੀ ਨੂੰ
ਗੁਰੂ ਘਰ ਦੀ ਬਖਸ਼ਿਸ਼ ਦਸਤਾਰ ਕੇ ਆਉਣੀ ਹੈ, ਉਹ ਸਤਿਗੁਰਾਂ ਦੇ ਮੱਥਾ ਟੇਕ ਕੇ ਆ ਜਾਣ ਤੇ ਸੇਵਾ ਸਾਡੇ ਸਤਿਕਾਰ ਜੋ ਹਰਬਖਸ਼ ਸਿੰਘ ਜੀ ਖੁਰਾਨਾ ਜੀ ਉਹਨਾਂ ਨੂੰ ਦਸਤਾਰ ਭੇਟ ਕਰਨ ਲਈ ਕਾਰਵਾਈ ਸਾਰਿਆਂ ਨੂੰ ਬੋਲੇ ਸੋਨਿਆ ਸੋ ਡਾਕਟਰ ਪਰਮਿੰਦਰ ਸਿੰਘ ਜੀ ਦੀ ਸੁਪਤਨੀ ਪ੍ਰੋਫੈਸਰ ਕਮਲਜੀਤ ਕੌਰ ਜੀ ਆਤਮਕ ਕਲਿਆਣ ਦੇ ਲਈ ਅਤੇ ਗੁਰੂ ਦੀ ਹਜ਼ੂਰੀ ਵਿੱਚ ਉਹਨਾਂ ਦੇ ਪ੍ਰਵਾਨ ਹੋਣ ਲਈ ਅਸੀਸਰੀਆਂ ਦੇਣ ਲਈ ਤੁਸੀਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪਰਮਿੰਦਰ ਸਿੰਘ ਕਿੱਡੀ ਕੁ ਮਹਾਨ ਸ਼ਖਸੀਅਤ ਸਨ, ਜਿਤਨੇ ਪੰਜਾਬੀ ਦੇ ਪ੍ਰੋਫੈਸਰ ਪੰਜਾਬ ਵਿੱਚ ਨਹੀਂ ਹਰਿਆਣੇ ਵਿੱਚ ਦਿੱਲੀ ਵਿੱਚ ਹਿਮਾਚਲ ਵਿੱਚ ਚੰਡੀਗੜ੍ਹ ਵਿੱਚ ਹਨ, ਉਹ ਸਾਰੇ ਅਸਿੱਧੇ ਤੌਰ 'ਤੇ ਉਹਨਾਂ ਦੇ ਵਿਦਿਆਰਥੀ ਰਹਿ ਗਏ। ਮੈਨੂੰ ਉਹਨਾਂ ਦੇ ਸਾਹਮਣੇ ਦਸ 'ਤੇ ਬੈਠ ਕੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਗੁਰਪਾਰਸ ਰਾਮ ਲੋਕ ਮਿਲ ਕੰਚਨ ਹੋਆ ਰਾਮ, ਅਸੀਂ ਲੋਹੇ ਵੀ ਪਾਰਸ ਨਾਲ ਜੁੜ ਕੇ ਕੰਚਨ ਬਣ ਗਿਆ। ਸਮਾਜ ਨੇ ਕਿਤੇ ਨਾ ਕਿਤੇ ਸਾਡੇ 'ਤੇ ਛੋਟੀ ਮੋਟੀ ਸਵੀਕ੍ਰਿਤੀ ਦੀ ਮੋਹਰ ਲਾ ਦਿੱਤੀ ਅਤੇ ਬਸ ਭਾਈ ਸਾਹਿਬ ਕੀਰਤਨ ਕਰ ਰਹੇ ਸੀ, ਮੇਰੇ ਮਾਧਵ ਜੀ ਸੱਤ ਸੰਗਤ ਮੇਰੇ ਸੋ ਕਰਿਆ ਅਤੇ ਸੱਤ ਸੰਗਤ ਦਾ ਸਮਾਂ ਹੁੰਦਾ ਹੈ ਅਤੇ ਜਿਸ ਬੀਬੀ ਅਬੀ ਕਮਲਜੀਤ ਕੌਰ ਨੇ 24 ਘੰਟੇ ਜਿਸ ਉਸ ਸ਼ਖਸੀਅਤ ਨਾਲ ਗੁਜ਼ਾਰੇ ਹੋਣ, ਜਿਸ ਨੇ ਸਾਹਿਤ ਸਿਰਜਣਾ ਕਰਨੀ, ਦਿਮਾਗਾਂ ਨੂੰ ਹੋਸ਼ਨਾਸ਼ ਕਰਨਾ, ਆਲੇ ਦੁਆਲੇ ਪ੍ਰਤੀ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸੰਬੰਧੀ ਚੇਤਨ ਹੋ ਕੇ ਆਪਣੇ ਫਰਾਇਜ਼ ਦੀ ਇਮਾਨਦਾਰੀ ਨਾਲ ਨਿਭਾਉਣਾ, ਉਸਦੀ ਸੰਗਤ ਕੀਤੀ ਹੋਵੇ, ਉਸ ਦਾ ਸਧਾਰਨ ਰੂਪ ਵਿੱਚ ਵੱਡਾ ਹੋ ਜਾਣਾ ਬੜਾ ਜ਼ਰੂਰੀ ਹੈ। ਡਾਕਟਰ ਪਰਮਿੰਦਰ ਸਿੰਘ ਸਿਹਤ ਅਕੈਡਮੀ ਦੀ ਸੇਵਾ ਕਰਦੇ ਰਹੇ, ਸਿਹਤ ਸਿਰਜਣ ਪ੍ਰਕਿਰਿਆ ਵਿੱਚ ਲੱਗੇ ਰਹੇ, ਭਾਬੀ ਕਮਲਜੀਤ ਕੌਰ ਬੱਚਿਆਂ ਨੂੰ ਸਿਰਜਣਾ ਕਰਦੇ ਰਹੇ, ਉਹਨਾਂ ਦੀ ਘਾਟ ਵੀ ਕਰਦੇ ਰਹੇ, ਬੇਟਾ ਪ੍ਰੋਜੈਕਟ ਅਫੀਸਰ ਬਣ ਗਿਆ, ਬੇਟਾ ਇੰਜੀਨੀਅਰ ਬਣ ਗਿਆ, ਮੇਰੇ ਸਾਹਮਣੇ ਤਾਂ ਟੋਨੀ ਹੈ, ਲਾਲੀ ਹੈ, ਪਿੰਕੀ ਹੈ, ਬੇਟੀ ਬੇਟੀ ਨੂੰ ਡਾਕਟਰ ਬਣਾ ਦਿੱਤਾ, ਉਹਦਾ ਹਸਬੈਂਡ ਜਿਹੜੇ ਨੇ ਡਾਕਟਰ ਗੁਰਦੀਪ ਸਿੰਘ ਹੇਅਰ ਸ਼ਾਹਬਾਦ ਵਿੱਚ ਉਹਨਾਂ ਨੇ ਬੜਾ ਨਾਮ ਖੱਟਿਆ। ਫਿਰ ਅੰਦਾਜ਼ਾ ਲਗਾਓ ਇੱਕ ਇਹਨਾਂ ਬੱਚਿਆਂ ਦਾ ਬਾਪ ਸਾਰਿਆਂ ਦੇ ਦਿਮਾਗਾਂ ਨੂੰ ਰੋਸ਼ਨ ਕਰਦਾ ਰਿਹਾ ਅਤੇ ਤਾਂ ਹੀ ਕਰ ਸਕਿਆ ਜੇ ਭਾਬੀ ਅਮਰਜੀਤ ਕੌਰ ਜੀ ਨੇ। ਇਹ ਮੈਂ ਅਧਿਕਾਰ ਤਾਂ ਲਿਆ ਹੈ, ਵੈਸੇ ਤਾਂ ਟੀਚਰ ਦਾ ਵਿਦਿਆਰਥੀ ਬੇਟਾ ਹੁੰਦਾ ਹੈ, ਪਰ ਇਹਨਾਂ ਦਾ ਛੋਟਾ ਭਰਾ ਡਾਕਟਰ ਪਰਮਿੰਦਰ ਸਿੰਘ ਦਾ ਡਾਕਟਰ ਦਲਜੀਤ ਮੇਰਾ ਦੋਸਤ ਸੀ ਅਤੇ ਜਿਹੜੇ ਅਧਿਕਾਰ ਉਹ ਲੈਂਦਾ ਸੀ ਉਹ ਮੈਨੂੰ ਸਹੀ ਸੁਭਾਅ ਮਿਲ ਜਾਂਦੇ ਸੀ। ਵੈਸੇ ਤਾਂ ਟੀਚਰ ਦੀ ਬੀਵੀ ਮਾਂ ਹੁੰਦੀ ਹੈ, ਪਰ ਉਸਦੇ ਕਰਕੇ ਦਲਜੀਤ ਦੇ ਕਰਕੇ ਮੈਂ ਵੀ ਇਸ ਮਾਂ ਨੂੰ ਲੈ ਸਕਿਆ, ਭਾਬੀ ਬਣ ਗਈ, ਇਹ ਬੱਚੇ ਆਪਣੇ ਬਣ ਗਏ। ਇਹਨਾਂ ਨੇ ਬੜੀਆਂ ਉਮਦੀਆਂ ਕੀਤੀਆਂ। ਮੈਂ ਦੇਖ ਰਿਹਾ ਐਜੂਕੇਸ਼ਨ ਡਿਪਾਰਟਮੈਂਟ ਬਹੁਤ ਸਾਰੇ ਸਕੂਲ ਪ੍ਰਿੰਸੀਪਲ ਸਾਰੇ ਆਏ, ਕਿੰਨੇ ਸਾਰੇ ਰੈਜੂਲਿਊਸ਼ਨਸ ਨੇ, ਡਾਕਟਰ ਅਤੇ ਦੁਨੀਆਂ ਨਾਲ ਸੰਬੰਧਿਤ ਮਰੀਜ਼ਾਂ ਨੂੰ ਰਾਜ਼ੀ ਕਰਨ ਵਾਲੇ ਬੜੀ ਗਿਣਤੀ ਵਿੱਚ ਬੈਠੇ ਨੇ ਅਤੇ ਜਿਹੜੀਆਂ ਸਿਆਸੀ ਸ਼ਖਸੀਅਤਾਂ ਨੇ ਇਹਨਾਂ ਨੇ ਸਮਾਜ ਵਿੱਚ ਨਾਮ ਨਾ ਕੱਢਿਆ ਹੈ। ਸਾਹਿਬ ਰਵਿੰਦਰ ਸਿੰਘ ਬੈਂਸ ਲੁਧਿਆਣੇ ਦੇ ਐਮ ਐਲ ਏ ਹਨ ਅਤੇ ਬੜੀ ਪਿਆਰੀ ਸ਼ਖਸੀਅਤ ਸਰ ਰਮਨੀਤ ਸਿੰਘ ਬਿੱਟੂ ਜੀ ਇੱਥੇ ਹਨ, ਕੋਈ ਨੇਤਾ ਇੱਥੇ ਹਨ, ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਇੱਥੇ ਹਨ, ਕਲੋਤਰਾ ਸਾਹਿਬ ਬੈਠੇ, ਬਹੁਤ ਸ਼ਖਸੀਅਤਾਂ ਬੈਠੀਆਂ ਹਨ, ਇਹਨਾਂ ਨੇ ਸਮਾਜ ਵਿੱਚ ਨਾਮ ਨਾ ਕੱਢਿਆ। ਵਕਤ ਦੀ ਨਜ਼ਾਕਤ ਇਜਾਜ਼ਤ ਨਹੀਂ ਦਿੰਦੀ, ਜੀ ਕਰਦਾ ਗੁਰੂ ਦੇਵ ਬਾਰੇ ਭਾਬੀ ਬਾਰੇ ਵਧੀਆ ਗੱਲਾਂ ਕਰੀਏ, ਪਰ ਅੱਗੇ ਹੀ ਲੇਟ ਹੋ ਗਿਆ। ਮੇਰੀ ਸਿਨੇਮਾ ਬੇਨਤੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਜੀ ਬੈਂਸ ਜਿਹੜੇ ਨਵਾਂ ਨਵਾਂ ਬਾਪ ਦੇ ਪ੍ਰਲੋਕ ਮਿਆਨਾ ਦਾ ਦੁੱਖ ਹੁੰਦਾ ਬੈਠੇ ਹਨ ਅਤੇ ਕੱਲ੍ਹ ਇਹਨਾਂ ਦੇ ਸਤਿਕਾਰ ਜੋ ਕਿ ਸਰਦਾਰ ਮੋਹਨ ਸਿੰਘ ਬੈਂਸ ਜੀ ਦਾ ਭੋਗ ਸੀ, ਅੱਜ ਇਤਨੇ ਕੋਲ ਆਏ ਹਨ, ਪਰਿਵਾਰ ਨਾਲ ਸੰਬੰਧਿਤ ਹੈ ਸਾਡੇ ਕੋਲ, ਪਲੀਜ਼ ਵਕਤ ਮੈਂ ਵੀ ਮੁਸਤਾਫੀ ਕੀਤੀ, ਜ਼ਿਆਦਾ ਵਕਤ ਲੈ ਕੇ ਨਹੀਂ ਸੀ ਲੈਣਾ ਚਾਹੀਦਾ, ਮੈਨੂੰ ਹੱਕ ਕੋਈ ਨਹੀਂ। ਪ੍ਰੋਫੈਸਰ ਕਮਲਜੀਤ ਕੌਰ ਜੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਹੈ। ਗੁਰੂ ਪਿਆਰਿਓ ਬੇਨਤੀ ਕਰਾਂ, ਨੇੜੇ ਹੋ ਕੇ ਦੇਖਦਾ ਇੱਕ ਮਾਂ ਚਲੀ ਗਈ, ਮਾਂ ਦਾ ਸ਼ਬਦ ਕੈਸਾ ਹੈ, ਕਾਗਜ਼ 'ਤੇ ਲਿਖਣਾ ਹੋਏ ਇੱਕ ਅੱਖਰ ਲੱਗਦਾ ਹੈ, ਮੂੰਹੋਂ ਬੋਲ ਕੇ ਕਹਿਣਾ ਹੋਏ ਇੱਕ ਸ਼ਬਦ ਲੱਗਦਾ ਹੈ, ਅਤੇ ਗੁਰੂ ਸਾਹਿਬ ਦੀ ਹਾਜ਼ਰੀ ਹੈ, ਸੱਚ ਆਖਾਂ ਕਿਤੇ ਇਸ ਇੱਕ ਅੱਖਰ ਦੇ ਅਰਥ ਕਰਨੇ ਹੋਣ, ਤੁਸੀਂ ਆਖੋ ਡਿਊਟੀ ਲਾਇਓ ਗੁਰੂ ਰਹਿਮਤ ਕਰੇ ਕਿ ਤਾਂ ਜ਼ਿੰਦਗੀ ਮਾਂ 'ਤੇ ਬੋਲਣਾ ਹੈ। ਗੁਰੂ ਪਿਆਰਿਓ ਤਾਂ ਜ਼ਿੰਦਗੀ ਮਾਂ 'ਤੇ ਬੋਲਿਆ ਜਾ ਸਕਦਾ ਹੈ।
गुरु रहमत करे कई जन्म मां ते लिखण ते बोलण दा सुभाग समा दे सच आखां कई जन्म भी मां ते लिखिया ते बोलिया जा सकता है पर जे कोई लखारी कई जन्म लिखण ते बोलण तो बाद ए गल आखे कि मैं मां नूं संपूर्ण रूप विच लिख दिता है गुरु प्यारियो उस लखारी दी भुल हो सकती है उस लखारी की गलती हो सकती है मां नूं ना संपूर्ण रूप विच बोल के आख्या जा सकता है ना संपूर्ण रूप विच लिखिया जा सकता है मां दा शब्द कैसा है प्रोफेसर मोहन सिंह ने दो लाइना लिखिया ऐ लगता है कि गागर विच सागर बंद कर देता है प्रोफेसर मोहन सिंह मां ते लिखदिया लिखना कर दिया कि मां जिहा कणछावा बूटा मैनू नजर ना आए जिस तो छां उधारी लेके रब ने स्वर्ग बनाए अगलिया लाइना कैसिया कमाल लिखता है कि इस दुनिया के बूटे सारे जड़ टुटिया सुक जाते पर माता का बूटा ऐसा फल टुटिया सुक जाए गुरु प्यारे कि बां दे बैठिया बच्चे नूं कुछ हो जाए मां कदे गर्मी सर्दी हनेरी बरसात तूफान झक्खड़ अद्धी रात की परवाह नहीं करती अद्धी रात में जाके डॉक्टर का दरवाजा खड़काउंदी है कि डॉक्टर साहब उठो मेरा लाल बीमार है अज एक ऐसी मां साढ़े चो चली गई गुरु प्यारे समय की घाट है बेनती करा कि आप उन्होंने श्रद्धा से सत्कार भेट करने लिए आए हैं मैं असल में इस परिवार में राजनीतिक तौर पर शमूलियत नहीं की मैं इस परिवार का मैंबर होने के नाते इस परिवार विच वीर लाली ते वीर टोनी असल च टोनी मेरा जमाती है असीं कट्ठिया रल के कॉलेज दे दिन गुजारे कट्ठिया ग्रैजुएशन कीती मैं परिवार दा मैंबर होण दे नाते आया बेनती करा कि आपां श्रद्धा ते सत्कार भेंट करन लई आए हां किते ऐ ना समझियो कि मैं दो अक्खर कहां कि मैं श्रद्धा ते सत्कार भेंट करदा तुसीं सुनिया मन च सोचते सोचते करा नूं चले गए कि श्रद्धांजलि भेंट होगी गुरु प्यारियो गुरु साहब की हाजरी है सच आखां गुस्सा ना करियो कि यह श्रद्धांजलि है मन पुकार पुकार के आखदा है क्या श्रद्धांजलि नहीं भाई असल श्रद्धांजलि की है मैं विदेश जाना हवा साढ़े नालों वधिया पानी साढ़े नालों वधिया रहन सहन साढ़े नालों वधिया खाना पीना साढ़े नालों वधिया सड़कां साढ़े नालों वधिया पर जदों मैं वापस आना तो गुरु प्यारे देखदा कि साढ़े कोल वधिया की है साढ़े कोल वधिया विरसा पर अजिहा लगता है कि उस विरसे नूं नज़र लगदी जांदी है मैं बेनती करा जदों कि अपने जीवन का लेखा जोखा करदा सच आखदा गुरु साहब की हाजरी है कई दिन ऐसे आए जदों सारा दिन मन की अवस्था खराब रही रात नूं बिस्तर ते गया अखां विच नींद नहीं आत्मा राही मन नूं पुछना कीता कि टका विच आ तू टका विच क्यों नहीं सच आखां जदों सवाल कीता आत्मा ने बांह तों फड़िया दफ्तर के दरवाजे ते लैके चली गई हालात कैसे है दफ्तर के दरवाजे ते की देखिया कदे कदे गिरद मां ते गुरु प्यारे ओ सच आखदा कदे कदे गिरद बाप दफ्तर के दरवाजे ते खड़ा बैराग विच है कुर्सी छड़ दिती नाल दी कुर्सी ते बैठा के जल छकाया ते पुछना कीता कि मां सच दस बैराग विच क्यों है गुरु प्यारे ओ इन्ना सवाल कीता मां ने सिर नीवा कर लिया अखां दा नीर होर तेज हो गया जेब विच हाथ पाया ते इक कागज कढ़िया ते हौली जी नेड़े हो के आखिया कहिंदी बैंस कहिंदी पुत्रा मेरी दरखास्त ते मोहर ला दे मेरे बच्चे मैनूं रखदे नहीं मैं बिरधाश्रम च जा के रहना गुरु प्यारे अज दा समागम मंग करदा है कि आओ नेड़े हो के देखिए भी बिरधाश्रम बनाउण दी लोड़ क्यों पई असीं गुरु नूं मन्नण वाले गुरुआं ते पीरां दी पवित्र धरती दा जल पीण वाले मां बाप नूं रब वांगू पूजण वाले गुरु रहमत करे पता नहीं किस पासे वक्त तुर पाए दो हाथ जोड़ के बेनती करा कि जे मां नूं असल विच सच्ची श्रद्धांजलि भेंट करन लई आए हो तां आओ गुरु दी हाजरी विच पातशाह नाल वैदा करिए कि पातशाह साढ़े ते रहमत करी असीं अज तों अपने माता पिता दी रब जाण के सेवा करिए ते बिरधाश्रमां दे दरवाजे
हमेशा हमेशा लिए बंद कर दईए जिहड़े साडे मत्थे ते एक कलंक दी लियाई है। मैं इन्ना कुछ आखदा होया परिवार का मैंबर होने के नाते आ समझदा कि जिथे माँ के जान का दुख ते अफसोस है उत्थे मन के कोने विच वड्डा त्रवास है कि परिवार ने माँ की संभाल की है। मैं इन्नियां बेनतियां करता होया सीस झुका के माता जी नूं श्रद्धा ते सत्कार भेट करता होया आप समूह संगतां तों हुकम मंगदा होईआं फुल्लां दी खिमा वाहिगुरू जी का खालसा वाहिगुरू जी की फतेह। वाहिगुरू जी का खालसा श्री वाहिगुरू जी की फतेह। आप सारे ही अज साडे बहुत ही सत्कारयोग माता जी प्रोफेसर कमलजीत जी नौं लैण नूं जीदा नहीं करता उन्हां दी अंतिम अरदास होई ते मैं बैठा सोच रहा सी वैंसा बोल रहे सी माँ बाप तो वैसे ही सब के लिए मैं समझता उदो कोई वड्डी गल नहीं होंदी पर जिस बच्चियां नूं जिस परिवार नूं इह जे माता जी माता कमलजीत जी ते साडे डॉक्टर प्रोफेसर परमिंदर सिंह जी जिहड़े पिता मिले होण मैं समझदा वाकई कर्मां वाले भागां गांधी जी दिल करदे सी आंटी बैठे रमी जी हुणी उहनां दी टोनी जी उहनां दे सिस्टर मतलब परमात्मा ने इन्हां सारिआं नूं किस घर जन्म दित्ता यह भी परमात्मा की बहुत वड्डी कृपा है रहमत है। जिवें मेरे बजुर्ग कह रहे सी इह तां सुभाविक आ कि जिन्हां दे माँ बाप एडे लायक होण उहनां दे बच्चे तां लायक होणा ही होणा ते इन्हां ने तां जिवें कहा भी हजारां किन्ने इन्हां तों सिख के इन्हां दे आशीर्वाद नाल किड्डे किड्डे मकामां ते अज लुधियाणे दे विच पंजाब च लोग पहुंचे ने। मैं समझदा जोगी जी बैठे ने मेरे नाल आए हुए साढ़े पप्पी ब्रश जी सारा दिन अज इन्हां दी सवेर दी गल्लां कर रहे सी किड्डी वड्डी देण इन्हां उदों कहिंदा गिल साहब नाल जी गल हुई कि भजन गिल जी नाल उस उन्हां दे नाल जुड़े हुए अकैडमी दे नाल जुड़े हुए बहुत वड्डी देण है। मैं ज़्यादा ना बोलता हाँ कि समय बहुत ज़्यादा हो गया। मैं अपने वालों परिवार वालों क्योंकि एक बहुत निजी निघी सांझ है इन्हां नाल ये परिवार है ही ऐसा प्यार दे नाल गलवकड़ी च लैण वाला परिवार है ते परमात्मा जिथे माता जी उन्हां दे विच भी हुई उन्हां परमात्मा अपने नाल चरणा च निवास बख्शन ते पिछे सारे परिवार परमात्मा इन्हां नूं ये बहुत वड्डा दुख तां हुंदा ही जिन्हां एडा वड्डा स्नेह होवे प्यार होवे वो विछड़ के चले जाण आशीर्वाद दे नाल क्योंकि जदों गुरु महाराज तों बाद माँ दा ही आशीर्वाद है ते वो आशीर्वाद जदों मैं जरूर ये गल कहूँगा भी जदों सिर तों उठ जाए वो ना पूरा रोना ना करना पर गुरु महाराज परिवार नूं बच्चियां नूं सारिआं नूं अपनी हिम्मत नाल मैं समझदा जरूर जो माता जी ते दिखाए हुए ते पिता जी दिखाए हुए रास्ते ते उन्हां दे जिहड़े अधूरे रह गए उन्हां दी सोच वो काम भी ये पूरे करनगे क्योंकि ये जिम्मेवारी भी इन्हां दे उत्ते कि गुरु महाराज अपने चरणा चरणा नूं निवास बख्शन पिछे सारे परिवार नूं पाणा कमन दा बल बख्शन इन्हां शब्दां नाल मैं खिमा मंगदा वाहिगुरू जी का खालसा श्री वाहिगुरू।